ਗਾਇਸ, ਵੈਲਕਮ ਬੈਕ ਟੂ ਮਾਈ ਚੈਨਲ ਮਾਈ ਕ੍ਰੀਏਟੀਵਿਟੀ। ਦੇਖੀ, ਅੱਜ ਮੈਂ ਤੁਹਾਡੇ ਲਈ ਦੋ ਰੰਗਾਂ ਦਾ ਬਹੁਤ ਹੀ ਪਿਆਰਾ ਸਾ ਡਿਜ਼ਾਈਨ ਲੈ ਕੇ ਆਈ ਹਾਂ। ਇਸ ਨੂੰ ਤੁਸੀਂ ਬੇਬੀਜ ਬੁਆਏ, ਜੈਂਟਸ ਸਵੈਟਰ, ਕੋਟੀ, ਕੈਪ ਕਿਸੇ ਪ੍ਰੋਜੈਕਟ 'ਤੇ ਅਪਲਾਈ ਕਰ ਸਕਦੇ ਹੋ। ਚਲੀ ਬਣਾਉਣਾ ਸਟਾਰਟ ਕਰਦੇ ਹਾਂ ਜੀ। ਦੇਖੀ, ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ ਈਵਨ ਕਾਸਟ ਵਿੱਚ ਫੰਦੇ ਚਾਹੀਦੇ ਨੇ। ਮੀਨ 'ਚ ਦੋ ਦੋ ਫੰਦਿਆਂ ਦਾ ਜੋੜ, ਬੁਰੀ ਰੋ ਵਿੱਚ ਅਸੀਂ ਇਸ ਤਰ੍ਹਾਂ ਦੋ ਦੋ ਫੰਦੇ ਲੈਣੇ ਨੇ, ਟੂ ਦੇ ਮਲਟੀਪਲ ਦੇ ਹਿਸਾਬ ਨਾਲ। ਤਾਂ ਇਹ ਪੈਟਰਨ ਸੈੱਟ ਆਏਗਾ ਕਿ ਬਾਰਡਰ ਤੋਂ ਬਾਅਦ ਅਸੀਂ ਸਿੱਧੀ ਸਾਈਡ ਤੋਂ ਆਪਣਾ ਪੈਟਰਨ ਸਟਾਰਟ ਕਰਾਂਗੇ। ਪਹਿਲੀ ਸਿਲਾਈ ਆਪਣੀ ਬੇਸ ਕਲਰ ਨਾਲ ਹੀ ਪਾਉਣੀ ਹੈ ਜੀ, ਫਸਟ ਰੋ ਸਿੱਧੀ ਸਾਈਡ ਤੋਂ। ਦੇਖੀ, ਪੂਰੀ ਦੀ ਪੂਰੀ ਰੋ ਅਸੀਂ ਇਸ ਤਰ੍ਹਾਂ ਪਹਿਲੀ ਸਿਲਾਈ ਸਿੱਧੀ ਸਾਈਡ ਤੋਂ ਬੇਸ ਕਲਰ ਨਾਲ ਸਿੱਧੀ ਸਿੱਧੀ ਬੁਣਾਂਗੇ ਜੀ ਅਸੀਂ, ਸਿੱਧੇ ਫੰਦਿਆਂ ਨਾਲ। ਤੁਸੀਂ ਜੋ ਵੀ ਫੰਦੇ ਵਧਾਉਣੇ ਆ ਘਟਾਉਣੇ ਆ ਸਿਲਾਈ ਵਿੱਚ ਕਰ ਸਕਦੇ ਹੋ। ਪਹਿਲੀ ਸਿਲਾਈ ਅਸੀਂ ਇਸ ਤਰ੍ਹਾਂ ਸਿੱਧਾ ਸਿੱਧਾ ਬੁਣ ਕੇ ਕੰਪਲੀਟ ਕਰ ਲੈਣੀ ਹੈ। ਦੇਖੀ ਫਰੈਂਡ, ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ, ਔਰ ਨਾਲ ਹੀ ਬੈੱਲ ਆਈਕਨ ਦਾ ਬਟਨ ਵੀ ਪ੍ਰੈਸ ਕਰਨਾ ਜੀ, ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਦੇਖੀ, ਬੈਕ ਸਾਈਡ ਤੋਂ ਅਸੀਂ ਪੂਰੀ ਇਸ ਤਰ੍ਹਾਂ ਉਲਟੀ ਉਲਟੀ ਬੁਣਾਂਗੇ, ਉਲਟੇ ਫੰਦਿਆਂ ਨਾਲ ਪਲ ਵਾਈਸ। ਦੇਖੀ, ਪੂਰੀ ਰੋ ਮੈਂ ਤੁਹਾਨੂੰ ਇਸ ਤਰ੍ਹਾਂ ਕੰਪਲੀਟ ਕਰਕੇ ਦਿਖਾਉਂਦੀ ਹਾਂ। ਦੇਖੀ, ਪੂਰੀ ਰੋ ਮੈਂ ਇਸ ਤਰ੍ਹਾਂ ਉਲਟੀ ਉਲਟੀ ਬੁਣ ਕੇ ਕੰਪਲੀਟ ਕਰ ਲਈ ਹੈ ਫਰੈਂਡਸ। ਬੈਕ ਸਾਈਡ ਤੋਂ ਇਸ ਤਰ੍ਹਾਂ ਅਸੀਂ ਇਹ ਦੋ ਸਿਲਾਈਆਂ ਪਾ ਲਈਆਂ ਨੇ, ਦੋ ਸਿਲਾਈਆਂ ਮੈਨੇ ਪਹਿਲਾਂ ਪਾ ਲਈਆਂ ਸੀ, 1 2 3 4। ਇਸ ਤਰ੍ਹਾਂ ਅਸੀਂ ਸਿੱਧੀਆਂ ਉਲਟੀਆਂ 4 ਸਿਲਾਈਆਂ ਪਾਉਣੀਆਂ ਨੇ। ਇਸ ਤੋਂ ਬਾਅਦ ਅਸੀਂ ਆਪਣਾ ਹੁਣ ਸੈਕਿੰਡ ਕਲਰ ਲਾਵਾਂਗੇ। ਤੁਸੀਂ ਜੋ ਵੀ ਕਲਰ ਲਗਾਉਣਾ ਚਾਹੁੰਦੇ ਹੋ, ਹੁਣ ਸਾਡੇ ਇਹ ਡਿਜ਼ਾਈਨ ਸਟਾਰਟ ਹੋਏਗਾ। ਕਿ ਪਹਿਲਾ ਫੰਦਾ ਅਸੀਂ ਇਸ ਤਰ੍ਹਾਂ ਉਲਟਾ ਬੁਣਿਆ, ਹੁਣ ਅਸੀਂ ਕੀ ਕਰਨਾ, ਇੱਕ ਫੰਦਾ ਇੱਦਾਂ ਸਲਿੱਪ ਕਰਨਾ। ਦੇਖੀ, ਬੂਲ ਸਾਡੀ ਆਪਣੇ ਵੱਲ ਹੀ ਰਹੇਗੀ, ਇੱਕ ਫੰਦੇ ਤੋਂ ਅਸੀਂ ਇੱਕ ਇਸ ਤਰ੍ਹਾਂ ਜਾਨ ਓਵਰ ਕੀਤਾ, ਜਾਲੀ ਬਣਾਈ, ਦੋ ਇੱਕ ਫੰਦੇ ਤੋਂ ਅਸੀਂ ਇਸ ਤਰ੍ਹਾਂ ਤਿੰਨ ਫੰਦੇ ਬਣਾਉਣੇ ਨੇ, ਅਗੇਨ ਇੱਕ ਫੰਦਾ ਸਲਿੱਪ ਕਰਾਂਗੇ। ਸਿਰਫ ਇੱਕ ਫੰਦੇ ਦੇ ਡਿਜ਼ਾਈਨ ਹੈ ਫਰੈਂਡਸ। ਇਸ ਤਰ੍ਹਾਂ ਹੀ ਅਸੀਂ ਕਰਦੇ ਜਾਵਾਂਗੇ, ਇੱਕ ਫੰਦਾ ਸਲਿੱਪ ਕਰਨਾ ਇੱਕ ਤੋਂ ਤਿੰਨ, ਇੱਕ ਸਲਿੱਪ ਕਰਨਾ ਇੱਕ ਤੋਂ ਤਿੰਨ, ਪੂਰੀ ਰੋ ਸਾਡੀ ਇਸ ਤਰ੍ਹਾਂ ਹੀ ਚੱਲਦੀ ਜਾਏਗੀ ਜੀ। ਬਹੁਤ ਹੀ ਆਸਾਨ ਔਰ ਫਟਾਫਟ ਬਣਨ ਵਾਲਾ ਡਿਜ਼ਾਈਨ ਹੈ ਫਰੈਂਡਸ, ਔਰ ਬਣ ਕੇ ਬਹੁਤ ਹੀ ਵਧੀਆ ਲੱਗਦਾ। ਦੇਖੀ, ਪੂਰੀ ਸਿਲਾਈ ਅਸੀਂ ਇਸ ਤਰ੍ਹਾਂ ਹੀ ਕੰਪਲੀਟ ਕਰ ਲੈਣੀ ਹੈ। ਇੱਕ ਫੰਦਾ ਅਸੀਂ ਉਤਾਰਦੇ ਜਾਣਾ, ਇੱਕ ਤੋਂ ਅਸੀਂ ਤਿੰਨ ਫੰਦੇ ਬਣਾਉਣੇ ਨੇ। ਕਿ ਲਾਸਟ ਵਾਲਾ ਫੰਦਾ ਅਸੀਂ ਉਲਟੀ ਬੁਣ ਲਵਾਂਗੇ ਇਸ ਤਰ੍ਹਾਂ। ਹੁਣ ਅਸੀਂ ਬੈਕ ਸਾਈਡ ਆ ਗਏ ਜੀ ਡਿਜ਼ਾਈਨ ਦੀ ਸੈਕਿੰਡ ਰੋ। ਦੇਖੀ, ਧਿਆਨ ਨਾਲ ਦੇਖਣਾ, ਹੁਣ ਅਸੀਂ ਕੀ ਕਰਨਾ, ਪਹਿਲੇ ਦੋ ਫੰਦੇ ਅਸੀਂ ਇਸ ਤਰ੍ਹਾਂ ਸਿੱਧੇ ਬੁਣਾਂਗੇ ਬੈਕ ਸਾਈਡ ਤੋਂ, ਬੂਲ ਆਪਣੇ ਵੱਲ ਲੈ ਕੇ ਆਏ। ਇਹ ਵਾਲਾ ਵਿੱਚ ਵਾਲਾ ਫੰਦਾ ਸੀ ਜੋ ਅਸੀਂ ਇੱਕ ਤੋਂ ਤਿੰਨ ਬਣਾਏ ਸੀ, ਇਹ ਫੰਦਾ ਇਸ ਤਰ੍ਹਾਂ ਸਲਿੱਪ ਕਰ ਲੈਣਾ ਜੋ ਸਾਨੂੰ ਇਸ ਤਰ੍ਹਾਂ ਦਿਖਾਈ ਦਿੰਦਾ। ਫਿਰ ਬੂਲ ਪਿੱਛੇ ਲੈ ਕੇ ਗਏ, ਹੁਣ ਇੱਕ ਦੋ ਤਿੰਨ ਫੰਦੇ ਲੈਣੇ ਨੇ, ਤਿੰਨ ਦਾ ਅਸੀਂ ਇੱਕ ਬਣਾ ਦੇਣਾ। ਜੋ ਰਾਈਟ ਸਾਈਡ ਤੋਂ ਅਸੀਂ ਫੰਦੇ ਵਧਾਏ ਸੀ, ਇਹ ਸਾਡੇ ਸਿਲਾਈ 'ਚ ਸਾਡੇ ਉਹ ਫੰਦੇ ਘੱਟ ਹੋ ਰਹੇ ਨੇ। ਫਿਰ ਅਸੀਂ ਤਿੰਨ ਫੰਦੇ ਲੈਣੇ ਨੇ, ਤਿੰਨ ਦਾ ਅਸੀਂ ਇੱਕ ਕਰ ਦੇਣਾ।
ਬੂਲ ਆਪਣੇ ਵੱਲ ਲੈ ਕੇ ਆਈ ਵਾਲਾ ਫੰਦਾ ਸੀ, ਇੱਦਾਂ ਸਲਿੱਪ ਕਰਾਂਗੇ, ਇੱਕ ਦੋ ਤਿੰਨ, ਤਿੰਨ ਫੰਦੇ ਲਏ, ਤਿੰਨ ਨੂੰ ਅਸੀਂ ਬੈਕ ਲੂਪ ਸਿੱਧਾ ਬੁਣਾਂਗੇ। ਇਹ ਵਾਲਾ ਅਸੀਂ ਇਸ ਤਰ੍ਹਾਂ ਉਤਾਰ ਲਿਆ। ਪੂਰੀ ਰੋ ਸਾਡੀ ਇਸ ਤਰ੍ਹਾਂ ਬਣਦੀ ਜਾਏਗੀ ਸੀ। ਤਿੰਨ ਤਿੰਨ ਫੰਦਿਆਂ ਨੂੰ ਅਸੀਂ ਇੱਕ ਸਾਥ ਬੈਕ ਸਾਈਡ ਤੋਂ ਸਿੱਧਾ ਬਣਾਉਣਾ, ਤਿੰਨ ਦੇ ਜੋ ਇਹ ਵਿੱਚ ਵਾਲਾ ਫੰਦਾ ਇਹ ਵਾਲਾ ਇਹਨੂੰ ਅਸੀਂ ਸਲਿੱਪ ਕਰਦੇ ਜਾਵਾਂਗੇ। ਮੈਂ ਤੁਹਾਨੂੰ ਇਹ ਕੰਪਲੀਟ ਕਰਕੇ ਦਿਖਾਉਂਦੀ ਹਾਂ। ਤਿੰਨ ਫੰਦਿਆਂ ਤੋਂ ਅਸੀਂ ਇੱਕ ਬਣਾ ਲਿਆ, ਇਹ ਵਿੱਚ ਵਾਲਾ ਫੰਦਾ ਅਸੀਂ ਸਲਿੱਪ ਕਰ ਲਿਆ। ਇਸ ਤਰ੍ਹਾਂ ਸਾਡੀ ਇਹ ਬੈਕ ਸਾਈਡ ਤੋਂ ਸੈਕਿੰਡ ਰੋ ਪੈ ਗਈ ਹੈ ਜੀ। ਹੁਣ ਅਸੀਂ ਰਾਈਟ ਸਾਈਡ ਆ ਗਏ, ਨਿੱਕੀ ਡਿਜ਼ਾਇਨ ਦੀ ਥਰਡ ਰੋ। ਹੁਣ ਅਸੀਂ ਆਪਣਾ ਇਹ ਬੇਸ ਕਲਰ ਲਾਵਾਂਗੇ। ਹੁਣ ਧਿਆਨ ਨਾਲ ਦੇਖਣਾ ਕਿ ਇਹ ਫੰਦਾ ਅਸੀਂ ਉਲਟਾ ਬਣਾਇਆ, ਜੋ ਸਾਡਾ ਇਹ ਲੰਬਾ ਲੂਪ ਦਿਸ ਰਿਹਾ ਇਹਨੂੰ ਵੀ ਅਸੀਂ ਇਸ ਤਰ੍ਹਾਂ ਉਲਟਾ ਬੁਣਾਂਗੇ। ਬੂਲ ਸਾਡੀ ਅੱਗੇ ਹੀ ਰਹੇਗੀ, ਜੋ ਅਸੀਂ ਤਿੰਨ ਦਾ ਇੱਕ ਬਣਾਇਆ ਸੀ ਇਹ ਫੰਦਾ ਅਸੀਂ ਇੱਦਾਂ ਸਲਿੱਪ ਕਰਦੇ ਜਾਵਾਂਗੇ। ਇਹ ਫੰਦਾ ਉਲਟਾ, ਇਹ ਫੰਦਾ ਸਲਿੱਪ, ਇਹ ਫੰਦਾ ਉਲਟਾ, ਇਹ ਸਲਿੱਪ। ਇਸ ਤਰ੍ਹਾਂ ਪੂਰੀ ਰੋ ਸਾਡੀ ਬਣੇਗੀ। ਜੋ ਵਿੱਚ ਵਾਲਾ ਫੰਦਾ ਉਹ ਅਸੀਂ ਸਲਿੱਪ ਕਰਨਾ, ਜੋ ਅਸੀਂ ਪਹਿਲਾਂ ਸਲਿੱਪ ਕੀਤਾ ਸੀ ਉਹ ਫੰਦਾ ਅਸੀਂ ਬਣਾਉਂਦੇ ਜਾਵਾਂਗੇ। ਉਹਨੂੰ ਉਲਟਾ ਬਣਾਉਣਾ ਜੀ ਰਾਈਟ ਸਾਈਡ ਤੋਂ। ਦੇਖੀ ਪੂਰੀ ਦੀ ਪੂਰੀ ਰੋ ਸਾਡੀ ਇਸ ਤਰ੍ਹਾਂ ਚੱਲਦੀ ਜਾਏਗੀ। ਇਹ ਲਾਸਟ ਵਾਲਾ ਵੀ ਅਸੀਂ ਇੱਦਾਂ ਉਲਟਾ ਬਣਾ ਲਵਾਂਗੇ। ਦੇਖੀ ਇਸ ਤਰ੍ਹਾਂ ਸਾਡੀ ਸਿਲਾਈ ਪੈ ਗਈ ਹੈ। ਹੁਣ ਅਸੀਂ ਬੈਕ ਸਾਈਡ ਆ ਗਏ ਜੀ। ਬੈਕ ਸਾਈਡ ਜੋ ਫੰਦਾ ਅਸੀਂ ਬੁਣਿਆ ਉਹਨੂੰ ਵੀ ਅਸੀਂ ਉਲਟਾ ਬਣਾਉਣਾ, ਜੋ ਫੰਦਾ ਸਲਿੱਪ ਕੀਤਾ ਹੋਵੇ ਅਸੀਂ ਇਸ ਤਰ੍ਹਾਂ ਪੱਲ ਵਾਈ ਸਲਿੱਪ ਕਰਦੇ ਜਾਵਾਂਗੇ। ਪੂਰੀ ਦੀ ਪੂਰੀ ਰੋ ਅਸੀਂ ਇਸ ਤਰ੍ਹਾਂ ਉਲਟੀ ਬਣਾਉਣੀ ਹੈ ਜੀ, ਉਲਟੇ ਉਲਟੇ ਫੰਦਿਆਂ ਨਾਲ। ਕਿਉਂਕਿ ਤੁਸੀਂ ਚਾਹੋ ਤਾਂ ਇਹਨੂੰ ਜਿੰਨੇ ਮਰਜ਼ੀ ਕਲਰ ਵਿੱਚ ਯੂਜ਼ ਕਰ ਸਕਦੇ ਹੋ ਜੀ। ਮੈਂ ਆਪਣੇ ਦੂਸਰੇ ਚੈਨਲ 'ਤੇ ਇਹਨੂੰ ਸਿੰਗਲ ਕਲਰ ਵਿੱਚ ਵੀ ਅਪਲੋਡ ਕੀਤਾ ਹੋਇਆ। ਤੁਸੀਂ ਚਾਹੋ ਤਾਂ ਸਿੰਗਲ ਕਲਰ ਵਿੱਚ ਵੀ ਇਹਦੀ ਵੀਡੀਓ ਦੇਖ ਸਕਦੇ ਹੋ ਮੇਰੇ ਦੂਸਰੇ ਚੈਨਲ 'ਤੇ ਜਾ ਕੇ। ਦੇਖੀਏ ਇਸ ਤਰ੍ਹਾਂ ਇਸ ਦੀ ਬੈਕ ਸਾਈਡ ਬਣਦੀ ਹੈ। ਬੈਕ ਸਾਈਡ ਵੀ ਬਿਲਕੁਲ ਸਮੂਥ ਹੈ, ਕੋਈ ਵੀ ਥਰੈਡ ਨਹੀਂ ਰਹਿੰਦਾ। ਅਤੇ ਇਸ ਦੀ ਰਾਈਟ ਸਾਈਡ ਹੈ। ਦੇਖੀ ਤੁਸੀਂ ਇਸ ਨੂੰ ਆਲ ਪ੍ਰੋਜੈਕਟ 'ਤੇ ਅਪਲਾਈ ਕਰ ਸਕਦੇ ਹੋ, ਲੇਡੀਜ਼, ਜੈਂਟਸ ਔਰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ 'ਤੇ। ਬਣ ਕੇ ਬਹੁਤ ਹੀ ਪਿਆਰਾ ਲੱਗਦਾ ਡਿਜ਼ਾਇਨ, ਔਰ ਬਿਲਕੁਲ ਰੈਡੀਮੇਡ ਲੁੱਕ ਦਿੰਦਾ, ਕਿ ਬਣਾਉਣ ਵਿੱਚ ਵੀ ਬਹੁਤ ਹੀ ਆਸਾਨ ਜਿਹਾ ਡਿਜ਼ਾਇਨ ਹੈ। ਪਲੀਜ਼ ਫਰੈਂਡਸ, ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ ਫੋਰ ਵਾਚਿੰਗ ਮਾਈ ਵੀਡੀਓ।